ਓਏ ਚੱਲ ਆਪ ਵੀ ਨਾਲ ਹੀ ਛਾਲ ਮਾਰਨੀ ਆ ਆਪ ਵੀ ਤੇਰੇ ਕੋਲੋਂ ਨਹੀਂ ਡਿੱਗਣਾ ਆਪ ਵੀ ਨਾਲ ਅਸਲਾਮ ਵਾਲੇਕਮ ਜੀ ਅੱਲਾ ਦੇ ਫਜ਼ਲ ਕਰਮ ਅਤੇ ਸ਼ੁਕਰ ਦੇ ਨਾਲ ਜੀ ਸ਼ੁਰੂ ਕਰਨੇ ਹਾਂ ਅੱਜ ਦੀ ਵੀਡੀਓ ਅਤੇ ਅੱਜ ਦਾ ਵਲੌਗ ਅਤੇ ਸੁਣਾਓ ਜੀ ਸਾਰਿਆਂ ਦੇ ਕੀ ਹਾਲ ਚਾਲ ਨੇ ਠੀਕ ਠਾਕ ਤੋਂ ਅਤੇ ਹੈਰ ਹਰੀਏ ਅਤੇ ਪਹਿਲੀ ਗੱਲ ਇਹ ਕਿ ਅਗਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨਾਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਡੇਲੀ ਦੀ ਮੁਲਾਕਾਤ ਜਿਹੜੀ ਹੈ ਨਾ ਉਹ ਆਵੇ ਮਿਸ ਨਾ ਹੋ ਜਾਏ। ਬਾਦਸ਼ਾਹੋ ਟਾਈਮ ਹੋ ਗਿਆ ਜੇ 5:23 ਹੋ ਗਏ ਨੇ ਤਾਂ ਸੂਰਜ ਤੁਸੀਂ ਵੇਖ ਲਓ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਤਕਰੀਬਨ 7-8 ਦਾ ਟਾਈਮ। ਜਗ੍ਹਾ 'ਤੇ 2-3 ਚਿੜੀਆਂ ਨੇ ਉਹਨਾਂ ਆਪਣੀ ਆਵਾਜ਼ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਨਾ ਰੌਲਾ ਪਾਇਆ, ਬਹੁਤ ਹੀ ਜ਼ਿਆਦਾ ਉਹ ਐਕਸਾਈਟਮੈਂਟ ਨੇ, ਪਤਾ ਨਹੀਂ ਕੀ ਉਹਨਾਂ ਨੂੰ ਅੱਜ ਜਿਹੜਾ ਨਾ ਹੋ ਗਿਆ। ਟੋਕੇ 'ਤੇ ਕੁਝ ਦਿਨ ਅਸਾਂ ਪੱਠੇ ਕੁਤਰੇ ਨੇ, ਫਿਰ ਤੁਹਾਨੂੰ ਪਤਾ ਹੈ ਕਿ ਪੀਟਰ ਉੱਥੇ ਲੈ ਗਿਆ, ਇੱਥੇ ਪਾਣੀ ਛਣੀ ਲਾਉਣਾ ਸੀ, ਪਾਣੀ ਦੀ ਬੇਇੰਤਹਾ ਜ਼ਰੂਰਤ ਸੀ ਅਤੇ ਇਸ ਵਜ੍ਹਾ ਤੋਂ ਜਿਹੜਾ ਨਾ ਹੁਣ ਇੱਥੇ ਅਸੀਂ ਪੱਠੇ ਨਹੀਂ ਕੁਤਰ ਰਹੇ। ਮੱਕਈ ਉਹ ਐਵੇਂ ਜਿਹੜਾ ਨਾ ਸੁੱਧੀ ਮੱਝਾਂ ਅੱਗੇ ਪਾ ਹੋਏ ਹੋਇਆ ਜੀ, ਅੱਗੇ ਆ ਗਿਆ ਜੀ ਕਦਮਾਂ ਦੀਆਂ ਵੱਲਾਂ। ਕੱਲ੍ਹ ਮੈਂ ਤੁਹਾਨੂੰ ਵੀਡੀਓ ਵਿੱਚ ਵਿਖਾਇਆ ਸੀ ਕਿ ਬੰਦਾ ਇੱਥੋਂ ਜਿਹੜਾ ਨਾ ਸਾਰੇ ਹੀ ਕੱਦੂ ਤੋੜ ਕੇ ਲੈ ਗਿਆ ਵੀ ਹੁਣ ਮੇਰੇ ਖਿਆਲ ਨਾਲ ਮੈਨੂੰ ਇੱਥੇ ਕੋਈ ਕੱਦੂ ਵੀ ਨਜ਼ਰ ਨਹੀਂ ਆ ਰਿਹਾ। ਹਾਂਜੀ ਵਾਹ ਜੀ, ਇਹ ਵੇਖ ਲਓ ਜੀ, ਇੱਕ ਕੱਦੂ ਨਜ਼ਰ ਆ ਰਿਹਾ ਜੀ, ਲੰਮਾ ਕੱਦੂ। ਇਹ ਲੰਮੇ ਕੱਦੂ ਅਤੇ ਗੋਲ ਕੱਦੂ ਜੀ ਮਿਕਸ ਨੇ ਅਤੇ ਮਾਸ਼ਾਅੱਲਾ ਇਹਨਾਂ ਉੱਤੇ ਜਿਹੜਾ ਨਾ ਫੁੱਲ ਵਗੈਰਾ ਕਾਫੀ ਜ਼ਿਆਦਾ ਲੱਗੇ ਨੇ ਅਤੇ ਕੱਦੂ ਵੇਖ ਕੇ ਕਿਉਂਕਿ ਖੋ ਕੇ ਲੈ ਗਿਆ, ਇੱਕ ਨਹੀਂ ਦੋ ਨੇ। ਇਹ ਲਓ ਜੀ, ਇਹ ਕਾਫੀ ਜ਼ਿਆਦਾ ਨੇ ਮੇਰੇ ਖਿਆਲ ਨਾਲ, ਮਿਲ ਜਿਹੜਾ ਨਾ ਥੋੜ੍ਹਾ ਜਿਹਾ ਗੌਰ ਕਰਨ ਦੀ ਜ਼ਰੂਰਤ ਹੈ। ਇੱਥੇ ਮੈਨੂੰ ਨਜ਼ਰ ਆ ਗਏ ਸਨ ਜੀ ਜਨਾਬੇ ਵਾਲਾ ਕੱਦੂ, ਇਹ ਵੇਖ ਲਓ ਇੱਕ ਇਹ ਨਜ਼ਰ ਆ ਗਿਆ, ਇਹ ਵੀ ਅਸੀਂ ਤੋੜ ਲੈਂਦੇ ਹਾਂ। ਇੱਕ ਜੀ ਆ ਗਿਆ ਜੀ, ਆ ਗਿਆ ਇਹ ਛੋਟਾ, ਇਹ ਅਸੀਂ ਨਹੀਂ ਤੋੜਾਂਗੇ, ਇਹ ਅਸੀਂ ਤੋੜਾਂਗੇ ਜੀ ਕੱਲ੍ਹ। ਓਕੇ ਹੋ ਗਿਆ, ਅੱਗੇ ਜੀ ਅਸੀਂ ਇਸਕੋ ਵੀ ਤੋੜ ਲੇਂਗੇ। ਓਕੇ ਹੋ ਗਿਆ ਜੀ, ਉਸਕੇ ਬਾਅਦ ਹਾਂਜੀ ਇਸਕੋ ਵੀ ਤੋੜ ਲੇਂਗੇ। ਤੋ ਹਮਾਰੀ ਜੋ ਆਵਾਜ਼ ਕੀ ਹੈ ਨਾ ਸਬਜ਼ੀ, ਵੋ ਹੋ ਜਾਏਗੀ ਪੂਰੀ। ਯਾਰ ਟੁੱਟ ਨਹੀਂ ਰਿਹਾ, ਬੜਾ ਪੀਡਾ ਲੱਗੇ ਆ ਇਹਨੂੰ, ਇਸ ਤਰ੍ਹਾਂ ਹੀ ਇਹਨੇ ਟੁੱਟਣਾ ਸੀ। ਠੀਕ ਹੋ ਗਿਆ, ਅਤੇ ਇਹ ਛੋਟੀ ਜਿਹੀ ਇਹਦੇ ਉੱਤੇ ਆਏ ਇੱਥੇ ਰੱਖ ਦਿੱਤੇ ਨੇ, ਅਤੇ ਹੁਣ ਅਸੀਂ ਇਹ ਜਿਹੜੀਆਂ ਵੱਲਾਂ ਨਾ ਇੱਥੋਂ ਕੋਈ ਨਵੇਂ ਵੇਖਦੇ ਹਾਂ, ਮਤ ਹੋ ਸਕਦਾ ਸਾਨੂੰ ਹੋਰ ਜ਼ਿਆਦਾ ਲੱਗ ਜਾਣ ਵੈਸੇ ਸਨ, ਅਤੇ ਇਹ ਵੀ ਕਾਫੀ ਹੁੰਦਾ। ਸਾਰੀ ਜਗ੍ਹਾ 'ਤੇ ਲਾਇਆ ਸੀ ਜੀ ਪਾਣੀ ਛਾਣੀ, ਇੱਥੇ ਹੁਣ ਮਾਸ਼ਾਅੱਲਾ ਵੱਲਾਂ ਵੀ ਅਤੇ ਕਮਾਦ ਵੀ, ਪਹਿਲੇ ਤਾਂ ਜਿਹੜਾ ਨਾ ਉਹ ਪੀਲਾ ਪੀਲਾ ਹੋ ਗਿਆ ਸੀ, ਲੇਕਿਨ ਹੁਣ ਸਬਜ਼ ਨਜ਼ਰ ਆ ਰਿਹਾ ਅਤੇ ਕਾਫੀ ਜ਼ਿਆਦਾ ਜਿਹੜਾ ਨਾ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਜਿਹੜਾ ਨਾ ਗਰੋਥ ਕਰ ਰਿਹਾ। ਹੁਸ਼ਿਆਰ ਚਲਾਕ ਕੱਦੂ ਸਾਡੇ ਇੱਥੇ ਪੇ ਰਹਿਣ ਦੇ ਅਤੇ ਅਸੀਂ ਲਾ ਕੇ ਆਵਾਂਗੇ ਕਹਾਂਗੇ ਜੀ ਅਗਲਾ ਦਵਾਣੇ ਵਾਲਾ ਇੱਕ ਚੱਕ। ਵਾਹ ਜੀ ਵਾਹ ਮਾਸ਼ਾਅੱਲਾ, ਤੁਹਾਨੂੰ ਪਤਾ ਹੈ ਕਿ ਜਿਹੜਾ ਨਾ ਧੁੱਪ ਬਹੁਤ ਹੀ ਜ਼ਿਆਦਾ ਹੁੰਦੀ ਹੈ ਅਤੇ ਇਹ ਡੇਰੇ ਦੇ ਦਰਖਤ ਜਿਹੜਾ ਨਾ ਬਿਲਕੁਲ ਛੋਟੇ ਛੋਟੇ ਨੇ ਅਤੇ ਇਹ ਵੀ ਬਿਲਕੁਲ ਛੋਟਾ ਜਿਹਾ, ਅਤੇ ਜਿਹੜੇ ਮੱਝਾਂ ਦੇ ਛੋਟੇ ਕੱਟੀਆਂ ਕੱਟੇ ਹੁੰਦੇ ਨਾ ਉਹਨਾਂ ਨੂੰ ਧੁੱਪ ਲੱਗਦੀ ਹੈ ਬੜੀ ਜ਼ਿਆਦਾ, ਅਤੇ ਉਹਨਾਂ ਵਾਸਤੇ ਇਹ ਜਿਹੜਾ ਨਾ ਬਣਾਉਣਾ ਬਹੁਤ ਜ਼ਰੂਰੀ ਸੀ। ਅਤੇ ਇਹ ਕੱਲ੍ਹ ਸ੍ਰੀਨਗਰ ਅਸੀਂ ਬਣਾ ਦੇ ਅਤੇ ਉਹਨੇ ਜਿਹੜਾ ਨਾ ਬਣਾ ਦਿੱਤਾ, ਬੜਾ ਹੀ ਬਿਹਤਰੀਨ ਹੋਣੇ ਦੇ ਥੱਲੇ ਜਿਹੜਾ ਨਾ ਸਾਰਾ ਦਿਨ ਕੱਟੇ ਬੈਠੇ ਰਹਿਣ ਕਰਨ ਦੇ ਈਜ਼ੀ ਹੋ ਕੇ, ਪਹਿਲੇ ਵੇਖੋ ਨਾ ਉਸ ਨਵਾਣੇ ਖੱਜਲ ਹੀ ਹੁੰਦੇ ਨੇ, ਜ਼ਰੀਲ ਹੀ ਹੁੰਦੇ ਨੇ, ਅਤੇ ਆਹ ਮੋਰ ਨੇ ਇਹ ਅਜੇ ਵੀ ਸੁੱਤੇ ਪਏ ਨੇ, ਵੇਖ ਲਓ ਤੋਂ ਟਾਈਮ ਰੱਜ ਬੜਾ ਹੋ ਗਿਆ, ਇਹ ਜਿਹੜਾ ਨਾ ਨਹੀਂ ਉੱਠਦੇ, ਲੋਕ ਸ਼ਾਮ ਸੌ ਜਾਂਦੇ ਨੇ ਅਤੇ ਉੱਠਦੇ ਨੇ, ਅਗਰ ਅਸੀਂ ਇਹਨਾਂ ਨਾ ਕੇ ਅਕਸਰ ਉਠਾਦੇ ਨੇ, ਅਗਰ ਅਸੀਂ ਨਾ ਉਠਾਈਏ ਤਾਂ ਤਕਰੀਬਨ 9-10 ਵਜੇ ਤੱਕ ਗਰਾਊਂਡ ਉੱਠਣ, ਉਦੋਂ ਧੁੱਪ ਚੜ ਗਈ ਹੈ ਵੇਖ ਲਓ ਕਿੰਨੀ, ਅਤੇ ਉਦੋਂ ਇਹ ਹਲੇ ਤੱਕ ਸੁੱਤੇ ਨੇ। ਯਾਰ ਇਹਨਾਂ ਦੀ ਟਾਈਮਿੰਗ ਜਿਹੜੀ ਹੈ ਨਾ, ਟਾਈਮਿੰਗ ਉੱਠਣੇ ਸੋਣੇ ਦੀ ਬਹੁਤ ਹੀ ਖਰਾਬ ਚੱਲ ਰਹੀ ਹੈ, ਇਹਨਾਂ ਚਾਹੀਦਾ ਜਲਦੀ ਉੱਠ। ਛੋਟਿਆਂ ਹੁੰਦਿਆਂ ਅਸੀਂ ਪੜ੍ਹਦੇ ਸੀ ਕਿ ਬਾੜ ਮਤਲਬ ਕਿ ਖੇਤੋਂ ਕੋ ਬਾੜ ਲਗਾਉਣਾ, ਅਤੇ ਇਹ ਵੇਖ ਲਓ ਜੀ
ਇਹ ਜਿਹੜਾ ਨਾ ਇੱਥੋਂ ਨਾਲੋਂ ਲੱਗਦੀਆਂ ਸਨ ਮੱਝਾਂ, ਕਿਉਂਕਿ ਅੱਗੇ ਦਰਿਆ ਹੈ ਨਾ, ਇਹ ਪਾਣੀ ਸ਼ਾਣੀ ਪੀਣ ਮੱਝਾਂ ਜਿਸ ਟਾਈਮ ਜਾਂਦੀਆਂ ਨਾ, ਤਾਂ ਇੱਥੋਂ ਜਿਹੜਾ ਕਮਾਦ ਨਾ ਸਾਈਡਾਂ ਤੋਂ ਸਜਾ ਖਾ ਦਿੰਦੀਆਂ ਸਨ, ਕਮਾਦ ਦੁਆਣੇ ਖਰਾਬ ਕਰ ਦਿੰਦੀਆਂ ਸਨ। ਇਸ ਵਜ੍ਹਾ ਤੋਂ ਉੱਥੋਂ ਲੈ ਕੇ ਨਾ ਇਹ ਵੇਖ ਲਓ ਤੁਹਾਨੂੰ ਜੀ ਬਾੜ ਨਜ਼ਰ ਆ ਰਹੀ ਹੈ, ਤੋੜ ਐਂਡ ਤੱਕ ਜਿਹੜਾ ਨਾ ਬਾੜ ਨਜ਼ਰ ਆ ਰਹੀ ਹੈ। ਬਾੜ ਦਾ ਬਹੁਤ ਜ਼ਿਆਦਾ ਫਾਇਦਾ ਹੈ ਇਹ ਕਿ ਮਤਲਬ ਕਿ ਇੱਥੇ ਕੋਈ ਵੀ ਜਾਨਵਰ, ਕੋਈ ਮੱਝਾਂ, ਕੋਈ ਗਧਾ ਗਧੀ, ਕੋਈ ਵੀ ਚੀਜ਼ ਜਿਹੜਾ ਨਾ ਹੁਣ ਇਹਦੇ ਖੇਤ ਦੇ ਅੰਦਰ ਇੰਟਰ ਨਹੀਂ ਹੋ ਸਕਦੀ, ਹੁਣ ਬਿਲਕੁਲ ਹੀ ਸੇਫ ਹੈ। ਇੱਥੋਂ ਮੱਝਾਂ ਜਿੰਨੀਆਂ ਮਰਜ਼ੀ ਲੱਗਣ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ, ਲੇਕਿਨ ਇਹ ਸਾਡਾ ਨਹੀਂ ਹੈ, ਸਾਡੇ ਹਮਸਾਏ ਨੇ ਜੀ, ਉਹਨਾਂ ਦਾ ਇਹ ਮਤਲਬ ਕਿ ਪਲਾਟ, ਇਹ ਦਵਾਣੇ ਵੀ ਲੱਗੇ ਨੇ, ਕਮਾਦ ਵੀ ਲੱਗਿਆ, ਅਤੇ ਇਹ ਬਾੜ ਲਾ ਕੇ ਇਹਨਾਂ ਹੁਣ ਬਿਲਕੁਲ ਕੰਮ ਜੀ ਸੇਫ ਕਰ ਲਿਆ। ਆਹ ਵੇਖ ਲਓ ਜੀ ਇਹਨਾਂ ਬਾਂਸ ਲਾਏ ਨੇ, ਉਹ ਸਾਹਮਣਾ ਜਿਹੜਾ ਡੇਰਾ ਨਾ ਉੱਥੇ ਬਾਂਸ ਨੇ, ਅਤੇ ਇਹਨਾਂ ਉੱਥੋਂ ਕੱਟ ਕੇ ਲਿਆ ਕੇ ਜਿਹੜਾ ਨਾ ਤੋੜ ਤੱਕ ਹੀ ਬਾਂਸ ਲਾ ਦਿੱਤੇ ਨੇ, ਅਤੇ ਹੁਣ ਮਾਸ਼ਾਅੱਲਾ ਇਹਨਾਂ ਦਾ ਨਿਜ਼ਾਮ ਠੀਕ ਹੋ ਗਿਆ, ਇਹ ਹੁਣ ਪਲਾਟ ਹੋ ਗਿਆ ਬਿਲਕੁਲ ਸੇਫ। ਇਹ ਵੀ ਹੈ ਨਹੀਂ ਪਲਾਟ, ਲੇਕਿਨ ਇਹਨਾਂ ਨਾਲ ਇੰਨਾ ਮਸਲਾ ਨਹੀਂ ਹੈ, ਮਸਲਾ ਤਾਂ ਹੈ ਰਿਹਾ ਹੈ, ਲੇਕਿਨ ਇਹਨਾਂ ਜਿਹੜਾ ਨਾ ਕੋਈ ਨਹੀਂ, ਬਾੜ ਇਹਨਾਂ ਨਹੀਂ ਲਾਈ, ਅਤੇ ਇਹ ਜਨਾਬੇ ਵਾਲਾ ਜੀ ਅੱਗੇ ਆ ਗਿਆ ਜੀ ਸਾਡਾ ਪਲਾਟ, ਬਾੜ ਅਸਾਂ ਵੀ ਨਹੀਂ ਲਾਈ ਹੈ, ਇਹ ਉਹ ਪਲਾਟ ਆ ਗਿਆ ਜਿੱਥੋਂ ਜੀ ਅਗਲੇ ਦਿਨ ਤਰਬੂਜ਼ ਨਾ ਚੋਰ ਪੈ ਗਏ ਸਨ, ਅਤੇ ਸਾਨੂੰ ਪਤਾ ਚੱਲ ਚੁੱਕਿਆ ਸੀ, ਅਤੇ ਹੁਣ ਵੇਖਦੇ ਹਾਂ ਜੀ ਇੱਥੇ ਕੀ ਹਿਸਾਬ ਕਿਤਾਬ ਹੈ। ਇਹ ਜਿਹੜਾ ਇਸ ਸਾਈਡ 'ਤੇ ਵੀ ਅਤੇ ਇਸ ਸਾਈਡ 'ਤੇ ਵੀ, ਅਤੇ ਧੁੱਪ ਵੀ ਜਿਹੜਾ ਨਾ ਬਹੁਤ ਹੀ ਜਲਦੀ ਚੜ੍ਹ ਰਹੀ ਹੈ। ਮਾਸ਼ਾਅੱਲਾ ਇੱਥੇ ਦੇ ਤਰਬੂਜ਼ ਦਾ ਜਿਹੜਾ ਸਾਈਜ਼ ਹੈ ਨਾ ਕਾਫੀ ਹੋ ਗਿਆ ਜੀ, ਵੱਡਾ ਅਤੇ ਬਿਹਤਰੀਨ ਹੈ। ਵੇਖ ਲਓ ਮਾਸ਼ਾਅੱਲਾ ਸਾਰੇ ਤਰਬੂਜ਼ ਹੀ ਮੋਟੇ ਤੋਂ ਮੋਟੇ ਤਰਬੂਜ਼ ਨੇ, ਅਤੇ ਫਲ ਵੀ ਮਾਸ਼ਾਅੱਲਾ ਜਿਹੜਾ ਨਾ ਕਾਫੀ ਜ਼ਿਆਦਾ ਅੱਛਾ ਹੈ। ਇਹ ਵੇਖ ਲਓ, ਇਹ ਵੇਖ ਲਓ, ਇਹ ਵੇਖ ਲਓ, ਇਹ ਵੇਖ ਲਓ, ਬਹੁਤ ਜ਼ਿਆਦਾ ਫਲ ਹੈ ਅਤੇ ਬਹੁਤ ਜ਼ਿਆਦਾ ਮੋਟੇ ਤਰਬੂਜ਼ ਨੇ। ਮਾਸ਼ਾਅੱਲਾ ਤਕਰੀਬਨ 10-10 ਕਿਲੋ ਦਾ ਦਾਣਾ ਜਿਹੜਾ ਨਾ ਉਹ ਪਹਿਲੇ, ਅਤੇ ਅੱਜ ਕੱਲ੍ਹ ਮਤਲਬ ਕਿ ਤਰਬੂਜ਼ ਵੱਡਾ ਅਤੇ ਜੰਗਲੀ ਜਾਨਵਰ ਜਿਹੜਾ ਨਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੇ ਨੇ, ਅਤੇ ਹੁਣ ਅਸੀਂ ਜਿਹੜਾ ਨਾ ਇਸ ਸਾਲ ਰਖਵਾਲੀ ਵਾਸਤੇ ਵੀ ਨਹੀਂ ਆ ਰਹੇ, ਅਤੇ ਜਿਹੜਾ ਨੁਕਸਾਨ ਹੈ ਨਾ ਉਹ ਤਕਰੀਬਨ ਘੱਟ ਹੀ ਹੋ ਰਿਹਾ ਵੀ, ਅਜੇ ਤੱਕ ਸਾਡਾ ਇੱਕ ਜਾਂ ਦੋ ਤਰਬੂਜ਼ ਦਾ ਜਿਹੜਾ ਇਹਨਾਂ ਨੁਕਸਾਨ ਹੋਇਆ, ਇਸ ਤੋਂ ਜ਼ਿਆਦਾ ਨਹੀਂ ਹੋਇਆ, ਅਤੇ ਹੁਣ ਅਸੀਂ ਨਹੀਂ ਆ ਰਹੇ। ਹਾਂ ਜਦੋਂ ਨੁਕਸਾਨ ਹੋਏਗਾ ਉਦੋਂ ਉਹਨਾਂ ਜਿਹੜਾ ਨਾ ਅਸੀਂ ਕਰ ਦਿਆਂਗੇ ਜੀ ਸ਼ੁਰੂ। ਵੇਖ ਲਓ ਜੀ ਇੰਨੀ ਜ਼ਿਆਦਾ ਇੱਥੇ ਤਰੇਲ ਪਈ ਹੈ, ਮੇਰੇ ਪੈਰ ਜਿਹੜਾ ਨਾ ਉਹ ਗਿੱਲੇ ਹੋ ਗਏ ਨੇ, ਅਤੇ ਸ਼ਲਵਾਰ ਵੀ ਸਾਰੀ ਗਿੱਲੀ ਹੋ। ਛੋਟਾ ਜਿਹਾ ਕੰਮ ਸੀ, ਹੁਣ ਵੇਖੋ ਤੁਹਾਨੂੰ ਨਜ਼ਰ ਆ ਰਹੀ ਹੈ ਧੁੱਪ ਕਾਫੀ ਜ਼ਿਆਦਾ ਲੱਗ ਗਈ ਹੈ, ਅਤੇ ਉਹ ਕੰਮ ਛੋਟਾ ਜਿਹਾ ਖਤਮ ਕਰਕੇ ਅਤੇ ਫਿਰ ਅਸੀਂ ਭੱਜ ਕੇ। ਹੁਣ ਮਾਸ਼ਾਅੱਲਾ ਕਮਾਦ ਵੀ ਜਿਹੜਾ ਨਾ ਆਰ ਸਾਈਡ 'ਤੇ ਤੁਹਾਨੂੰ ਬਹੁਤ ਹੀ ਵੱਡਾ ਵੱਡਾ ਨਜ਼ਰ ਆ ਰਿਹਾ, ਅਤੇ ਉਹ ਸਾਹਮਣੇ ਜਿਹੜਾ ਡੇਰਾ ਨਜ਼ਰ ਆ ਰਿਹਾ ਉਹ ਸਾਡੇ ਡੇਰਾ ਜਿੱਥੋਂ ਅਸੀਂ ਆਉਣਾ ਆ, ਐਵ ਲਈ ਉਤਲੇ ਰੱਖੋ ਘੁਮਾ ਕੇ ਜਦੋਂ ਇਹ ਬੰਦੇ ਆ ਰਹੇ। ਪਿਆਰ ਪਿਆਰ ਪਿਆ ਕੋਈ ਕਮੀ ਸੀ ਥੀ ਜਿਨੇ ਮੈਂ ਹਮਕੋ ਨਹੀਂ ਥਾ ਪਤਾ ਐਸੇ ਮਿਲੇ ਹੋ ਤੁਮ ਹਮਕੋ ਜੈਸੇ ਹੋ ਮੈਂ ਰੁਬਾਏ ਹੁਦਾ। ਜੀ ਹਲਕੇ ਹਲਕੇ ਮਿਊਜ਼ਿਕ ਕੇ ਸਾਥ ਹਮ ਪਹੁੰਚ ਹੈ ਹੈਂ ਜੀ ਉਸ ਜਗ੍ਹਾ ਪੇ ਜਿੱਧਰ ਹਮਨੇ ਲਗਾਨੀ ਹੈ ਜੀ ਮੁੰਜੀ। ਮੁੰਜੀ ਹਮਨੇ ਸੁਪਰ ਲਗਾਨੀ ਹੈ, ਇਸ ਲਈ ਹਮ ਵੀ ਮੁੰਜੀ ਨਹੀਂ ਲਗਾ ਰਹੇ, ਕਿਉਂਕਿ ਸੁਪਰ ਮੁੰਜੀ ਲੱਗਤੀ ਹੈ ਥੋੜ੍ਹੀ ਜੀ ਦੂਸਰੀ ਮੁੰਜੀਓ ਸੇ ਲੇਟ। ਤੋ ਯੇ ਹਮਾਰਾ ਜੋ ਹੈ 10 ਕਿੱਲੇ ਕਾ ਪਲਾਟ ਹੈ ਸਾਰਾ, ਇਸ ਪੇ ਹਮ ਲਗਾਏ ਗਏ ਜੀ ਮੁੰਜੀ। ਤੋ ਮੁੰਜੀ ਪਹਿਲੇ ਹਮ ਸੁਪਰੀ ਵੀ ਲਗਾਤੇ ਥੇ ਔਰ ਸੁਪਰ ਵੀ ਲਗਾਤੇ ਥੇ, ਲੇਕਿਨ ਇਸ ਵਾਰੀ ਅਸਾਂ ਲਾਣੀ ਹੈ ਸਿਰਫ ਸੁਪਰ, ਸੁਪਰੀ ਨਹੀਂ ਲਾਣੀ, ਅਤੇ ਸੁਪਰ ਵੀ ਲਾਣੇ 'ਤੇ ਦਿਲ ਨਹੀਂ ਕਰ ਰਿਹਾ, ਕਿਉਂਕਿ ਜਿਹੜੀ ਪਿਛਲੇ ਸਾਲਾਂ ਦੀ ਮੁੰਜੀ ਹੈ ਉਹ ਵੀ ਅਜੇ ਗੁਦਾਮਾਂ ਵਿੱਚ ਪੂਰੀ ਸੇਫ ਪਈ ਹੈ, ਕੋਈ ਬੰਦਾ ਲੈ ਨਹੀਂ ਰਿਹਾ, ਰੇਟ ਕੋਈ ਨਹੀਂ ਹੋਣਾ, ਲੇਕਿਨ ਫਿਰ ਵੀ ਬੰਦਾ ਕੀ ਕਰ ਰਿਹਾ, ਹੁਣ ਇੰਨੀ ਜ਼ਮੀਨ ਬੰਦਾ ਵੇਸਟ ਕਰਨ ਨਾਲ ਫਿਰ ਵੀ ਬੰਦਾ ਆਉਂਦਾ ਚਲੋ ਲਾਈ ਦੀਏ, ਅਤੇ ਸਾਰੇ ਹਰ ਜ਼ਿਮੀਦਾਰ ਦਾ ਇਹੀ ਹਿਸਾਬ ਹੈ, ਜ਼ਮੀਨ ਉਹ ਵੇਸਟ ਨਹੀਂ ਕਰਦੇ, ਫਿਰ ਵੀ ਮਜਬੂਰਨ ਮੁੰਜੀ ਯਾਰ ਲਾਣੀ ਪੈਂਦੀ ਹੈ, ਅਤੇ ਜਿਸ ਤਰ੍ਹਾਂ ਅਸੀਂ ਵੀ ਮਜਬੂਰਨ ਮੁੰਜੀ ਲਾ ਰਹੇ ਹਾਂ। ਹਾਲਾਂਕਿ ਸਾਨੂੰ ਪਤਾ
ਮੁੰਜੀ ਦਾ ਰੇਟ ਕੋਈ ਨਹੀਂ ਹੋਣਾ, ਫਿਰ ਵੀ ਮੁੰਜੀ ਲਾ ਰਿਹਾ ਕਿਉਂਕਿ ਪਿਛਲੇ ਸਾਲ ਵਾਲੀ ਮੁੰਜੀ ਉਂਝੇ ਪਈ ਹੈ, ਅਤੇ ਇਹ ਜੇ ਤਕਰੀਬਨ 10 ਕਿੱਲੇ ਮੁੰਜੀ ਗਏ ਉਹ ਅੱਗੇ ਵਾਲੇ ਦਰਖਤ ਤੱਕ ਜਿਹੜਾ ਨਾ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਵੇ, ਅਤੇ ਇਨਸ਼ਾਅੱਲਾ ਅਸੀਂ ਕੁਝ ਦਿਨਾਂ ਤੱਕ ਸਟਾਰਟ ਕਰਾਂਗੇ। ਅਜੇ ਮੁੰਜੀ ਦਾ ਬੀਜ ਵੀ ਅਸਾਂ ਨਹੀਂ ਬੀਜਿਆ ਕਿਉਂਕਿ ਦਿਲ ਨਹੀਂ ਕਰ ਰਿਹਾ, ਅਜੇ ਬੀਜ ਵੀ ਲੈ ਕੇ ਆਉਣਾ ਇੱਕ ਦੋ ਦਿਨ ਤੱਕ ਸੁਪਰ ਹੈ ਨਾ, ਕਿਉਂਕਿ ਇੰਨਾ ਮਸਲਾ ਨਹੀਂ ਹੈ, ਸੁਪਰੀ ਹੁੰਦੀ ਤਾਂ ਫਿਰ ਹੁਣ ਤਕਰੀਬਨ ਸਮਝੋ ਕਿ ਲੱਗ ਰਹੀ ਹੋਣੀ ਸੀ। ਧੁੱਪ ਚੜ੍ਹਨੇ ਤੋਂ ਪਹਿਲਾਂ ਪਹਿਲਾਂ ਧੁੱਪ ਤਾਂ ਕਾਫੀ ਜ਼ਿਆਦਾ ਚੜ੍ਹ ਗਈ, ਲੇਕਿਨ ਫਿਰ ਵੀ ਗਰਮੀ ਹੋਣੇ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਥੋੜ੍ਹਾ ਬਹੁਤ ਕੰਮ ਕਰਨ ਆਏ ਹਾਂ ਉਹ ਕੰਮ ਕਰ ਲਈਏ, ਅਤੇ ਅਸੀਂ ਸਾਡੀ ਅੱਜ ਦੀ ਸ਼ਾਰਟ 'ਚ ਮੁਲਾਕਾਤ ਇਨਸ਼ਾਅੱਲਾ ਮਿਲੇ ਹਾਂ ਨੈਕਸਟ ਵੀਡੀਓ ਵਿੱਚ। ਨੈਕਸਟ ਵਲਾਗ ਵਿੱਚ ਆਪਣਾ ਖਿਆਲ ਰੱਖਿਓ, ਚੈਨਲ ਨੇ ਸਬਸਕ੍ਰਾਈਬ ਲਾਈਕ ਨਹੀਂ ਕੀਤਾ ਤਾਂ ਸਬਸਕ੍ਰਾਈਬ ਲਾਈਕ ਕਰ ਦਿਓ ਤਾਂ ਕਿ ਡੇਲੀ ਦੀ ਇੰਟਰਟੇਨਮੈਂਟ ਐਵੇਂ ਮਿਸ ਮਿਸ ਨਾ ਹੋ ਜਾਏ। ਅਤੇ ਸ਼ੁਕਰੀਆ, ਗੁੱਡ ਬਾਏ।